ईवन पंजाबी टीवी देख रहे हो तुसी ते मैं हां थोड़े नाल अनीता शर्मा। मोगा दे हलका धर्मकोट विखे फूड सेफ्टी विभाग दे वल्लों वड्डी कारवाई नूं अंजाम दित्ता गया। इस मौके छापेमारी कर दुध दे सैंपल लए गए ने तां उत्थे इक दोधी नूं शरेआम दुध दे विच बर्फ मिलाउंदा होया काबू कीता गया ते विभाग दे अफसरां दा कहना है कि सैंपल लै लए गए ने अते जो भी लैब तों रिपोर्ट आउंदी है उस दे आधार ते अगली कारवाई कीती जाएगी। 15 ਦਿਨ ਦਾ ਸਾਨੂੰ ਕਿਸੇ ਦਿਨ ਹੋ ਗਿਆ ਤੱਕ ਚਾਰ ਜਣੇ ਤੁਸੀਂ ਬਾਹਰ ਹੋ ਗਏ ਤੱਕ ਤੇ ਉੱਥੇ ਤੁਮ ਚੈੱਕ ਕਰਦੇ ਰਹੇ ਤੂੰ ਉੱਥੋਂ ਦਾ ਕਿੰਨੇ ਜਣ ਤੋਂ ਹੋ ਗਏ ਮੈਂ ਨਹੀਂ ਆਇਆ ਮੈਂ ਹੁਣ ਆਇਆ ਨਾ ਮੈਂ ਉਹ ਮਾਲਕ ਨੇ ਲਾਇਆ ਉਹ ਦੁੱਧ ਜਿਆਦਾ ਸਾਹਿਬ ਸਾਡੇ ਮਾਲਕ ਨੇ ਪਾਈ ਬਰਫ ਧੋਤੀ ਹਾਂਜੀ ਬਰਫ ਧੋਤੀ ਨਦੀ ਬਰਫ ਹੋਵੇਂ ਭਾਈ ਲੋਕਾਂ ਦੀ ਜ਼ਿੰਦਗੀ ਨਾਲ ਤੁਸੀਂ ਖਿਲਵਾੜ ਕਰਦੇ ਪਏ ਕਿਉਂ ਫੇਰ ਖੋਈ ਜਾਂਦੇ ਆ 300 ਰੁਪਏ ਦੀ ਬਰਫ ਤੁਸੀਂ 70 ਕਿਲੋ ਪਾ ਕੇ 3500 ਰੁਪਏ ਵਿਕਣੀ ਫਿਰ 50 ਰੁਪਏ ਕਿਲੋ ਹਿਸਾਬ ਨਾਲ ਦੁੱਧ ਬਣ ਗਿਆ ਉਹ ਸਬਰੀ ਹੈ ਨਹੀਂ ਤੁਹਾਨੂੰ असल च सानू दो दिन पहला ने कंप्लेंट आई सी व्हाट्सएप राही मैनू किसी ने एक वीडियो सेंड की सी उन्हूं अही बड़ी गंभीरता नाल लेंदे होए इहदे उत्ते आपां दो दिन तो स्टडी करते पए सां जिवें सानूं इनफॉर्मेशन इकट्ठी की सी उहदे बिहाफ ते अज आपां सवेरे अर्ली मॉर्निंग तो रेट जाके उन्हां नूं पहलां सारा एरिया चैक करके तो उत्थे जिन्ने भी दोधी सी उन जिन्हां दी शिकायत सी भई ये बर्फ पाउंदे आ जो भी आ फिर उत्थे मैं आप खुद जाके उत्थे कुछ देर गड्डी ते आपां साइड ते ही लाती सी नहीं तो इनफॉर्मेशन लीक हो जाती आ तो जिमें ही वो आए उन्हें बर्फ बुरफ पाई आ पहला तो उन्हें एक एक ही दुध ही आया से अच्छे उन्हें सारी बर्फ जिनी भी सारिया ड्रमा च काफ़ी मात्रा उन्हें बर्फ पाई थी तो उस तो बाद जो उन्हें बर्फ बुरफ पा ली उस तो बाद फिर मैं अपनी आइडेंटिटी दे के उन्हों जिमें सैंपल वास्ते कहा हूँ तो उन्होंने सैंपल आप ले आ ਤੇ ਜਿਵੇਂ ਵੀ ਹੋਏਗਾ ਫਿਰ ਅੱਗੇ ਕਾਰਵਾਈ ਕਰਾਂਗੇ। ਸਰ ਲੱਗਦਾ ਨਹੀਂ ਕਿ ਇੰਨੀ ਬਰਫ਼ ਪਾ ਕੇ ਲੋਕਾਂ ਨਾਲ ਧੋਖਾ ਹੋ ਰਿਹਾ ਸੀ ਸਰ ਦੁੱਧ ਦੇ? ਵੇਖੋ ਇਹ ਤਾਂ ਅਸਲ 'ਚ ਜਿਨ੍ਹਾਂ ਮੁਨਾਫਾਖੋਰੀ ਕਰਨੀ ਹੈ ਨਾ ਉਹਨਾਂ ਇੰਜ ਦੀਆਂ ਗਲਤ ਚੀਜ਼ਾਂ ਕਰਨੀਆਂ ਹੀ ਆ। ਅਸਲ 'ਚ ਕੀ ਰੂਲ ਹੁੰਦਾ ਹੈ ਜਿਵੇਂ ਤੁਸੀਂ ਹੁਣ ਠੰਡਾ ਕਰਨਾ ਹੀ ਆ ਦੁੱਧ ਦੇ ਵਾਸਤੇ ਹੁੰਦਾ ਕਿ ਆਸੇ ਪਾਸੇ ਬੋਰੀ ਬੰਨ੍ਹ ਲਓ ਤੁਸੀਂ ਉਹਨੂੰ ਠੰਡਾ ਕਰ ਲਓ ਕਿਸੇ ਤਰੀਕੇ ਨਾਲ ਉਹਨੂੰ ਕਿਸੇ ਕੰਟੇਨਰ 'ਚ ਪਾ ਲਓ ਇਹ ਤਾਂ ਮਤਲਬ ਇਹ ਨਹੀਂ ਹੁੰਦਾ ਕਿ ਵਿੱਚ ਹੀ ਬਰਫ਼ ਪਾ ਦੇਣੀ ਆ। ਉਹ ਤਾਂ ਵੇਖੋ ਉਹ ਤਾਂ ਬੜੀ ਮਾੜੀ ਗੱਲ ਹੈ ਅਸੀਂ ਤਾਂ ਆਪ ਹੀ ਕਹਿੰਦੇ ਬਰਫ਼ ਵੀ ਕਿਹੜੀ ਇੰਨੀ ਸਾਫ਼ ਸੀ ਚਲੋ ਇਹ ਜਿੰਨਾ ਉਦਾਂ ਵੀ ਦੁੱਧ 'ਚ ਕੁਛ ਮਿਲਾਵਟ ਦੇਖਣ ਨੂੰ ਮਿਲੀ ਸਰ? ਮਿਲਾਵਟ ਤਾਂ ਹੁਣ ਅਸੀਂ ਸੈਂਪਲ ਲੈ ਲਏ ਆ ਅਤੇ ਜਿਵੇਂ ਵੀ ਹੁਣ ਜੋ ਲੈਬ ਦੀ ਰਿਪੋਰਟ ਹੋਏਗੀ ਕਿਉਂਕਿ ਉੱਥੇ ਤਾਂ ਹਰ ਇੱਕ ਟੈਸਟ ਹੋ ਜਾਣਾ ਹੈ ਉੱਥੇ ਹਰ ਇੱਕ ਲੈਵਲ ਦਾ ਟੈਸਟ ਹੋਏਗਾ ਅਤੇ ਜੋ ਹੋਏਗੀ ਤਾਂ ਉਹਦੇ ਕਾਰਵਾਈ ਕੀਤੀ ਜਾਏਗੀ। ਮੋਗਾ ਤੋਂ ਰਾਮ ਸ਼ਰਮਾ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।